ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਰਣਜੀਤ ਸਿੰਘ ਜੀ ਵੱਲੋਂ ਲਿਖਿਤ ਪੁਸਤਕ ਚਰਨ ਕਮਲ ਕੀ ਮੌਜ ਦੇ ਭਾਗ ਅੜਾ ਦਾ ਅਧਿਆਏ ਪਹਿਲਾ ਨਾਮ ਸਿਮਰਨ ਤੇ ਚਰਨ ਕਮਲ ਗੁਰਮਤ ਨਾਮ ਦੇ ਸਿਮਰਨ ਦੁਆਰਾ ਸਾਰੇ ਹੀ ਕਲੇਸ਼ ਮਿਟ ਜਾਂਦੇ ਹਨ ਗੁਰਮਤ ਨਾਮ ਦੇ ਸਿਮਰਨ ਦੁਆਰਾ ਸਾਰੇ ਹੀ ਕਲੇਸ਼ ਮਿਟ ਜਾਂਦੇ ਹਨ ਅਤੇ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਇਸ ਸਿਮਰਨ ਦੁਆਰਾ ਵਾਹਿਗੁਰੂ ਦੇ ਚਰਨ ਕਮਲਾਂ ਦਾ ਮਨ ਵਿਖੇ ਪ੍ਰਵੇਸ਼ ਹੋ ਜਾਂਦਾ ਹੈ। ਨਾਮ ਸਿਮਰਨ ਦੁਆਰਾ ਘਟ ਅੰਤਰ ਰਸ ਜੋਤ ਕਿਰਣ ਦਾ ਭੋਤ ਹੋ ਜਾਣਾ, ਸੰਚਰ ਜਾਣਾ। ਇਹ ਰਿਦ ਅੰਤਰ ਚਰਨ ਕਮਲਾਂ ਦਾ ਪ੍ਰਵੇਸ਼ ਹੋਣਾ ਹੈ। ਅਤੇ ਰਸ ਜੋਤ ਕਿਰਣ ਪਰ ਜਵਲਤ ਹੋਣ ਪਛਾਤ ਸਿਮਰਨ ਕਲਾ ਦਹਿ ਦੋਣੀ ਰਸ ਰਵਸ ਵਿੱਚ ਜਾਰੀ ਹੋ ਜਾਂਦੀ ਹੈ ਅਤੇ ਸੁੱਤੇ ਸੁਭਾਵ ਨਿਰਜਤਨ ਹੀ ਜਾਰੀ ਰਹਿੰਦੀ ਹੈ ਜਿਉਂ-ਜਿਉਂ ਇਸ ਸਿਮਰਨ ਰਸ ਵਿੱਚ ਗੁਰਮਤਿ ਨਾਮ ਦਾ ਉਚਾਰਨ ਹੁੰਦਾ ਹੈ ਤਿਉਂ-ਤਿਉਂ ਅੰਮ੍ਰਿਤ ਰਸ ਦੇ ਗਟਾਕ ਅੰਤਰ ਆਤਮੇ ਭੁੰਚੀ ਦੇ ਹਨ ਅਤੇ ਚਰਨ ਕੰਵਲਾਂ ਦੀ ਮੌਜ ਦਾ ਆਨੰਦ ਰਸ ਮਾਣੀ ਦਾ ਹੈ ਲੱਖ ਲੱਖ ਬਾਰ ਗੁਰਮਤਿ ਨਾਮ ਦਾ ਉਚਾਰਨ ਕਰ ਕਰ ਲੱਖ ਲੱਖ ਗੁਣਾ ਅੰਮ੍ਰਿਤ ਰਸ ਗਟਾਕਾਂ ਦਾ ਸਵਾਦ ਬਿਸਮਾਦ ਅਹਿਲਦੀ ਦਾ ਆਨੰਦ ਲਈਦਾ ਹੈ ਅਤੇ ਸੂਖ ਸਹਜ ਰਸ ਮਹਾ ਆਨੰਦ ਵਿੱਚ ਸਮਾਈ ਹੋ ਜਾਂਦੀ ਹੈ ਐਸੀ ਹੈ ਚਰਨ ਕਮਲਾਂ ਦੀ ਮਹਿਮਾ ਮਹਾਣੀ ਮੌਜ ਅਜੇਹੀ ਮਹਾ ਆਨੰਦੀ ਬਿਸਮਾਦ ਰਸ ਰਸਾਣੀ ਚਰਨ ਕਮਲਾਣੀ ਮੌਜ ਵਿਖੇ ਸਮਾਈ ਹੋ ਜਾਣ ਪਰ ਵੀ ਮਹਾ ਆਨੰਦੀ ਜਨ ਪਰਮ ਆਨੰਦ ਨੂੰ ਜਪ ਜਪ ਕੇ ਹੀ ਜੀਵਨ ਦੇ ਹਨ ਜਥਾ ਗੁਰਵਾਕ ਹਰ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉਚਰੋ ਰਾਮ ਨਾਮ ਲਖ ਬਾਰੀ ਉਚਰੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੀ ਰਹਾਓ ਸੂਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਸੂਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਗੌੜੀ ਮੁਹੱਲਾ 5 ਚਰਨ ਕਮਲ ਦੇ ਰਦੰਤਰੀ ਆਧਾਰ ਆਸਰੇ ਪਰਥਾਏ ਅਨੇਕਾਂ ਗੁਰਵਾਕ ਹਨ ਕੁਝ ਕੁ ਅੱਗੇ ਲਿਖੇ ਜਾਂਦੇ ਹਨ ਚਰਨ ਕਮਲ ਹਿਰਦੈ ਉਰ ਧਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਗੌੜੀ ਮਹੱਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਉ ਮੈਂ ਧਰ ਤੇਰੀ ਪਾਰ ਬ੍ਰਹਮ ਤੇਰਾ ਤਾਣ ਰਹਾਉ ਸ੍ਰੀ ਰਾਗ ਮਹੱਲਾ ਪੰਜਵਾਂ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁਖ ਨਾ ਵਿਆਪੈ ਸ੍ਰੀ ਰਾਗ ਮਹੱਲਾ ਪੰਜਵਾਂ सोई सास्त सों सोए जित जपिए हर नाव चरण कमल गुरु ਧਨ ਦੀਆ ਮਿਲਿਆ ਨਿਥਾਵੇਂ ਥਾਉ ਸ੍ਰੀ ਰਾਗ ਮਹੱਲਾ 5 ਇਸ ਗੁਰੂ ਆਕ ਵਿਖੇ ਨਾਮ ਰੂਪ ਧਨ ਅਤੇ ਚਰਨ ਕਮਲ ਰੂਪੀ ਧਨ ਸਮਾਨ ਅਰਥਾਂ ਵਿੱਚ ਹੀ ਦ੍ਰਿਸ਼ਟਾਇਆ ਗਿਆ ਹੈ ਹੈ ਵੀ ਸਮਾਨ ਹੀ ਜਿਥਾ ਗੁਰੂ ਆਕ ਚਰਨ ਕਮਲ ਜਨਕਾ ਆਧਾਰੋ 8 ਪਹਿਰ ਰਾਮ ਨਾਮ ਵਪਾਰੋ ਮਾਜ ਮਹੱਲਾ ਪੰਜਵਾਂ ਗੁਰਮਤ ਨਾਮ ਦੇ ਸਿਮਰਨ ਦੁਆਰਾ ਰਿਤ ਜੋਤ ਪ੍ਰਕਾਸ਼ੀ ਰਸ ਤਾਰ ਜੋ ਅੰਦਰ ਵੱਜਦੀ ਹੈ ਉਹ ਚਰਨ ਕਮਲਾਂ ਦਾ ਰਿਦੰਤਰ ਉਦੇ ਹੋਣਾ ਹੈ ਇਹ ਰਸਕ ਰਿਸਾਲੂ ਚਰਨ ਕਮਲ ਅਭਿਆਸੀ ਜਨ ਦਾ ਆਧਾਰ ਅਤਸਹਿ ਕਰਕੇ ਅਤਸਹਿ ਕਰਕੇ ਆਧਾਰ ਰੂਪ ਹੋ ਜਾਂਦੇ ਹਨ ਅਤੇ ਇਸ ਅਗਾਧ ਰਸ ਪ੍ਰਾਇਣ ਹੋ ਕੇ ਰਸ ਪ੍ਰਾਇਣੇ ਜਨ ਅਠੋ ਪਹਿਰ ਗੁਰਮਤਿ ਨਾਮ ਜਾਪ ਦਾ ਵਪਾਰ ਅਭਿਆਸ ਕਮਾਈ ਹੀ ਕਰਦੇ ਰਹਿੰਦੇ ਹਨ ਜਿਉਂ-ਜਿਉਂ ਕਰਦੇ ਹਨ ਤਿਉਂ-ਤਿਉਂ ਹੋਰ ਤੋਂ ਹੋਰ ਰਸ ਉਹਨਾਂ ਨੂੰ ਆਉਂਦਾ ਹੈ ਅਤੇ ਹੋਰ ਵਧੇਰੇ ਮौज ਚਰਨ ਕਮਲਾਂ ਵਿੱਚ ਸਮਾਉਣ ਦੀ ਵੱਜਦੀ ਹੈ ਅਤੇ ਸਦਾ ਵੱਜੀ ਰਹਿੰਦੀ ਹੈ ਚਰਨ ਕਮਲ ਠਾਕੁਰ ਉਰਧਾਰ ਦੁਲਬ ਦੇਹ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਰਿਦੈ ਨਿਵਾਸ ਸਗਲ ਦੁੱਖ ਕਾ ਹੋਇਆ ਨਾਸ ਗੌੜੀ ਮਹੱਲਾ ਪੰਜਵਾਂ ਚਰਨ ਠਾਕੁਰ ਕੇ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਮਾਝ ਮਹੱਲਾ ਪੰਜਵਾਂ ਚਰਨ ਕਮਲ ਅਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਗੌੜੀ ਮਹੱਲਾ ਪੰਜਵਾਂ ਇਸ ਗੁਰਵਾਕ ਅੰਦਰ ਵੀ ਗੁਰਮਤਿ ਨਾਮ ਦਾ ਸਿਮਰਨ ਅਤੇ ਚਰਨ ਕਵਲਾਂ ਦਾ ਆਰਾਧਨ ਸਮਾਨ ਅਰਥਾਂ ਵਿੱਚ ਹੀ ਦਰਸਾਇਆ ਗਿਆ ਹੈ ਇਸ ਵਿਧ ਗੁਰਮਤਿ ਨਾਮ ਦੀ ਅਭਿਆਸ ਕਮਾਈ ਦੁਆਰਾ ਜਿਨ੍ਹਾਂ ਦੀ ਪ੍ਰੀਤ ਚਰਨ ਕਵਲ ਸੰਗ ਲੱਗ ਗਈ ਹੈ ਉਹਨਾਂ ਨੂੰ ਦੂਜੇ ਹੋਰ ਸੁਖ ਸਭ ਹੀਝ ਪ੍ਰਤੀਤ ਹੁੰਦੇ ਹਨ ਉਹਨਾਂ ਦਾ ਸਦਾ ਸਦਾ ਗੁਰਮਤਿ ਨਾਮ ਨੂੰ ਸਿਮਰਨਾ ਚਰਨ ਕਮਲਾਂ ਦੀ ਪ੍ਰੇਮ ਲਿਵਡੋਰੀ ਨਾਲ ਹੀ ਝੂਟਣਾ ਹੈ ਯਥਾ ਗੁਰੂ ਆਕ ਚਰਨ ਕਮਰ ਸਿਓ ਲਾਗੀ ਪ੍ਰੀਤ ਆਨ ਸੁਖਾਂ ਨਹੀਂ ਆਵਾਂ ਚੀਤ ਸਦਾ ਸਦਾ ਸਿਮਰਉ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ 5 ਚਰਨ ਕਮਲਾਂ ਦੇ ਪ੍ਰੀਤ ਵਾਲਿਆਂ ਦਾ ਅੰਤਰਜਾਮੀ ਅਕਾਲ ਪੁਰਖ ਨਾਲ ਹੀ ਮੇਲਾ ਹੋ ਜਾਂਦਾ ਹੈ ਇਸ ਮੋਜ ਮੇਲੇ ਦੇ ਅਨੰਦੀ ਹੋ ਕੇ ਵੀ ਉਹ ਪਾਰਬ੍ਰह्म ਪਰਮੇਸ਼ਰ ਦੇ ਚਰਨ ਕਮਲਾਂ ਨੂੰ ਭਜਦੇ ਆਰਾਧਦੇ ਹੀ ਰਹਿੰਦੇ ਹਨ ਜਥਾ ਗੁਰਵਾਖ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰह्म ਕੇ ਚਰਨ ਭਜੇ ਪਾਰ ਬ੍ਰह्म ਕੇ ਸਭ ਜਪ ਤਪ ਤਿੰਨ ਹੀ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਉਹਨਾਂ ਨੂੰ ਹੋਰ ਆਨਮਤਾਂ ਦੇ ਜਪ ਤਪ ਕਰਨ ਦੀ ਲੋੜ ਨਹੀਂ ਰਹਿੰਦੀ ਜਿਨ੍ਹਾਂ ਨੂੰ ਸਤਿਗੁਰੂ ਨੇ ਅਕਾਲ ਪੁਰਖ ਦੇ ਚਰਨ ਕਮਲਾਂ ਦੀ ਸੱਚੀ ਓਟ ਦਿੱਤੀ ਹੈ ਉਹਨਾਂ ਦੀ ਸਾਰੇ ਹੀ ਬੰਧਨਾ ਤੋਂ ਬੰਦ ਖਲਾਸੀ ਹੋ ਗਈ ਹੈ ਚਰਨ ਕਮਲਾਂ ਦੇ ਰਿਧੇ ਉਦੋਤ ਹੋਣ ਕਰ ਹੀ ਸੱਚੀ ਪ੍ਰੀਤ ਪ੍ਰਤੀਤ ਅੰਤਰ ਵੱਜਦੀ ਹੈ ਅਜੇ ਹੀ ਪਤ ਪ੍ਰਤੀਤ ਵਾਲੇ ਜਨ ਨਿਤ ਨੀਤ ਨਿਰਮਲ ਅੰਮ੍ਰਿਤ ਰਸ ਪੀਵੰਦੇ ਹਨ ਯਥਾ ਗੁਰਵਾਕ ਕਰ ਕਿਰਪਾ ਪ੍ਰਭ ਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨ ਨੀਤ ਗੌੜੀ ਮਹੱਲਾ ਪੰਜਵਾਂ ਇਸ ਚਰਨ ਕਮਲਾਰੀ ਪ੍ਰਤੀਤ ਬਿਨਾ ਸਗਲੀ ਲੁਕਾਈ ਮੁਠੀ ਮੁਹਾਈ ਆਵਾਗੋਣ ਦੇ ਚੱਕਰ ਵਿੱਚ ਚਲਾਈ ਬੱਧੀ ਚਲੀ ਜਾਂਦੀ ਹੈ ਜਥਾ ਗੁਰਵਾਕ ਚਰਨ ਕਮਲ ਭਗਤਾ ਮਨ ਵੁੱਠੇ ਵਿਣ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਂਛ ਹੈ ਨਾਮ ਸੱਚੇ ਕਾ ਗਹਿਣਾ ਸੰਤ ਜਨਾ ਕੀ ਧੂੜ ਨਿਤ ਬਾਂਛ ਹੈ ਨਾਮ ਸੱਚੇ ਕਾ ਗਹਿਣਾ ਮਹਜ ਮਹੱਲਾ 5 ਐਸਾ ਨਾਮ ਗਹਿਣਾ ਹੈ ਸੱਚੇ ਵਾਹਿਗੁਰੂ ਦਾ ਜੋ ਭਗਤ ਜਨਾਂ ਦੇ ਰਦੰਤਰ ਸਦਾ ਹੀ ਪਹਿਨਿਆ ਰਹਿੰਦਾ ਹੈ ਜਿਸ 파ਰਸ ਪ੍ਰਭਾਵੀ ਪ੍ਰਤਾਪ ਕਰਕੇ ਵਾਹਿਗੁਰੂ ਦੇ ਚਰਨ ਕਮਲ ਭਗਤ ਜਨਾਂ ਦੇ ਘਟ ਅੰਦਰ ਆਣ ਵੁਠਦੇ ਹਨ ਜਿਨ੍ਹਾਂ ਗੁਰਮੁਖ ਅਭਿਆਸੀ ਜਨਾਂ ਦੇ ਹਿਰਦੇ ਗੁਰਮਤ ਨਾਮ ਰੂਪ ਰਾਮ ਰਸਾਇਣ ਨਾਲ ਗੁੱਝੇ ਗੁੱਧੇ ਗਏ ਹਨ ਅਤੇ ਇਸ ਰਾਮ ਰਸਾਇਣੇ 파ਰਸ ਨਾਲ ਪਰਸਕੇ ਜੋ ਜਨ ਪਰਸ ਰੂਪ ਹੋ ਗਏ ਹਨ ਉਹ ਵਡਭਾਗੇ ਜਨ ਖਿੰਖਿਨ ਚਰਨ ਕੰਵਲ ਪ੍ਰੇਮ ਭਗਤੀ ਵਿਧੇ ਵਿਧੇ ਰਹਦੇ ਹਨ ਉਹਨਾਂ ਨੂੰ ਹੋਰ ਰਸ ਕਸ ਇਸ ਰਸ ਕ ਰਸਾਇਣੀ ਮਹਾਰਸ ਬਿਨਾ ਸਭ ਛਾਰ ਪ੍ਰਤੀਤ ਹੁੰਦੇ ਤੇ ਛਾਰ ਹੀ ਦਿਸਦੇ ਹਨ ਸਾਰਾ ਸੰਸਾਰ ਨਾਮ ਬਿਨਾ ਨਫਲ ਹੀ ਨਜ਼ਰੀ ਆਉਂਦਾ ਹੈ ਯਥਾ ਗੁਰਵਾਕ RAM ਰਸਾਇਣ ਜੋ ਜਨ ਗੀਦੇ ਚਰਨ ਕਮਲ ਪ੍ਰੇਮ ਭਗਤੀ ਵਿਧੇ ਰਹਾਉ ਆਨ ਰਸਾ ਦੀ ਸਹ ਸਭ ਛਾਰ ਨਾਮ ਬਿਨਾ ਨਹਿਫਲ ਸੰਸਾਰ ਆਨ ਰਸਾ ਦੀ ਸਹ ਸਭ ਛਾਰ ਨਾਮ ਬਿਨਾ ਨਹਿਫਲ ਸੰਸਾਰ ਗੌੜੀ ਮਹੱਲਾ ਪੰਜਵਾਂ